ਗੁਰਦੁਆਰਾ ਭਗਤ ਰਵਿਦਾਸ ਵਿਖੇ ਮੀਰੀ ਪੀਰੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਕੀਰਤਨ ਜਥਿਆਂ ਨੇ ਸੰਗਤਾਂ ਨੂੰ ਆਪਣੇ ਕੀਰਤਨ ਨਾਲ ਨਿਹਾਲ ਕੀਤਾ ਅਤੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਭਾਈ ਅਮਰ ਸਿੰਘ ਨੂਰ ਨੇ ਸੰਗਤਾਂ ਨੂੰ ਆਪਣੀਆਂ ਕਵਿਤਾਵਾਂ ਅਤੇ ਢਾਡੀ ਵੀਰ ਰਸ ਰਾਹੀਂ ਮੀਰੀ ਪੀਰੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ 'ਤੇ ਪ੍ਰਕਾਸ਼ ਵੀ ਪਾਇਆ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਅਮਰ ਸਿੰਘ ਨੂਰ ਅਤੇ ਜਥੇ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਨੇ ਦੇਰ ਰਾਤ ਤੱਕ ਗੁਰੂ ਦਾ ਲੰਗਰ ਵੀ ਛਕਿਆ। ਜ਼ਿੰਦਗੀ 'ਚ ਬੰਦਾ ਸਭ ਤੋਂ ਪਹਿਲਾਂ ਮਾਂ ਕਹਿੰਦਾ, ਕੀ ਕਹਿੰਦਾ ਜੀ? ਡੱਟ ਗਿਆ ਫਿਰ ਰਵਾਈ ਸੁਣ ਲਓ। ਗੁਰਦੁਆਰਾ ਭਗਤ ਰਵਿਦਾਸ ਖਰੜ ਸ਼ਹਿਰ ਦੇ ਜਨਰਲ ਸਕੱਤਰ ਸਰਦਾਰ ਦਲਜੀਤ ਸਿੰਘ ਸੈਣੀ ਜੀ ਮੌਜੂਦ ਹਨ। ਆਓ ਅਸੀਂ ਉਹਨਾਂ ਨਾਲ ਦੋ ਬੋਲ ਸਾਂਝੇ ਕਰਦੇ ਹਾਂ। ਹਾਂਜੀ ਸੈਣੀ ਸਾਹਿਬ, ਤੁਸੀਂ ਗੁਰਦੁਆਰਾ ਭਗਤ ਰਵਿਦਾਸ ਦੇ ਕਦੋਂ ਤੋਂ ਸੇਵਾ ਨਿਭਾ ਰਹੇ ਹੋ? ਪਹਿਲਾਂ ਫਤਿਹ ਅੱਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਸੁਰਿੰਦਰ ਜੀ, ਇਸ ਗੁਰਦੁਆਰੇ ਦੀ ਦਾਸ 25-26 ਸਾਲ ਤੋਂ ਬਾਖੂਬੀ ਸੇਵਾ ਕਰ ਰਿਹਾ। ਬਾਬਾ ਰਵਿਦਾਸ ਜੀ ਸੇਵਾ ਲੈ ਰਹੇ ਹਨ ਅਤੇ ਅੱਜ ਤੱਕ ਮੈਂ ਇਸ ਗੁਰਦੁਆਰੇ ਦਾ ਜਨਰਲ ਸਕੱਤਰ ਚੱਲਿਆ ਆ ਰਿਹਾ। ਇਹ ਜਿਹੜੇ ਆਪਾਂ ਪ੍ਰਕਾਸ਼ ਉਤਸਵ ਵਗੈਰਾ ਮਨਾਉਂਦੇ ਹਾਂ, ਇਹ ਤੁਸੀਂ ਕਦ ਤੋਂ ਮਨਾਉਂਦੇ ਆ ਰਹੇ ਹੋ? ਇਹ ਤਾਂ ਬਹੁਤ ਪੁਰਾਣਾ ਚੱਲ ਰਿਹਾ, ਜਦ ਤੋਂ 25-26 ਸਾਲ ਤੋਂ ਮੈਂ ਸੇਵਾ ਕਰ ਰਿਹਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਸਭ ਤੋਂ ਵੱਡਾ ਫੰਕਸ਼ਨ 'ਤੇ ਜਿਹੜਾ ਕਰਦੇ ਹਾਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜੇ 'ਤੇ ਕਰਦੇ ਹਾਂ ਅਤੇ ਗਾਹੇ ਵਗਾਹੇ ਅਸੀਂ ਗੁਰੂ ਸਾਹਿਬਾਂ ਦੇ ਸ਼ਹੀਦੀ ਦਿਹਾੜੇ, ਪ੍ਰਕਾਸ਼ ਦਿਹਾੜੇ, ਗੁਰਗੱਦੀ ਨਸੀਨ ਦਿਹਾੜੇ ਇਹ ਮਨਾਉਂਦੇ ਅਸੀਂ ਮਨਾਉਂਦੇ ਆ ਰਹੇ ਹਾਂ ਅਤੇ ਹੁਣੇ ਅਸੀਂ ਇਹ ਆਪਣਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ। ਅਸੀਂ ਸੁਣਨ ਵਿੱਚ ਆਇਆ ਹੈ ਕਿ ਖਰੜ ਸ਼ਹਿਰ ਦਾ ਇਹ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਜੀ। ਹਾਂਜੀ, ਇਹ ਗੁਰਦੁਆਰੇ 2-3 ਗੁਰਦੁਆਰੇ ਹੁੰਦੇ ਸੀ, ਇੱਕ ਤਾਂ ਅਕਾਲੀ ਦਫ਼ਤਰ ਗੁਰਦੁਆਰਾ ਸੀ, ਇੱਕ ਕਲਗੀਧਰ ਗੁਰਦੁਆਰਾ ਸੀ ਅਤੇ ਇੱਕ ਇਹ ਭਗਤ ਰਵਿਦਾਸ ਦਾ। ਇਹ ਮੈਂ ਤਕਰੀਬਨ ਸਮਝਦਾ ਕਿ 80-90 ਸਾਲ ਇਹ ਪੁਰਾਣਾ ਗੁਰਦੁਆਰਾ ਹੈਗਾ ਭਗਤ ਰਵਿਦਾਸ ਦਾ। ਹਾਂਜੀ, ਆਪਾਂ ਦਲਜੀਤ ਸਿੰਘ ਸੈਣੀ ਨਾਲ ਗੱਲ ਕਰ ਰਹੇ ਹਾਂ ਅਤੇ ਇਹ ਦੱਸਣਗੇ ਕਿ ਗੁਰਦੁਆਰਾ ਸਾਹਿਬ 'ਚ ਹੋਰ ਕਿਹੜੇ ਇਹਨਾਂ ਦੇ ਨਾਲ ਨੇ ਜੋ ਸੇਵਾ ਕਰਾਉਂਦੇ ਹਨ? ਸਾਡੀ ਪ੍ਰਬੰਧਕ ਕਮੇਟੀ ਬਣੀ ਹੋਈ ਹੈ ਅਤੇ ਮੇਰੇ ਨਾਲ ਹੁਣ ਬੈਠੇ ਹਨ ਸਰਦਾਰ ਸਰਦਾਰ ਸਿੰਘ ਜੀ ਬੱਗਾ, ਜੋ ਐਗਜੈਕਟਿਵ ਕਮੇਟੀ ਦੇ ਮੈਂਬਰ ਹਨ ਅਤੇ ਇਹਨਾਂ ਨੂੰ ਅਸੀਂ ਸਕੂਲ ਇੰਚਾਰਜ ਦਾ ਵੀ ਕੰਮ ਸਾਂਭਿਆ ਅਤੇ ਔਰ ਸਾਰਾ ਕੰਮ ਇਹ ਸਾਰਾ ਕਰਦੇ ਹਨ ਅਤੇ ਬੜਾ ਖੂਬੀ ਬਾਹੀ ਤਨ ਮਨ ਨਾਲ ਇਹ ਗੁਰਦੁਆਰੇ ਦੀ ਸੇਵਾ ਨਿਭਾ ਰਹੇ। ਹਾਂਜੀ ਸਵਰਨ ਸਿੰਘ ਜੀ, ਤੁਸੀਂ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ? ਮੈਂ ਘੱਟੋ ਘੱਟ 20 ਸਾਲ ਤੋਂ ਸੇਵਾ ਕਰ ਰਿਹਾ।
ਹਾਂਜੀ, ਇਹ ਸਨ ਸਰਦਾਰ ਸਵਰਨ ਸਿੰਘ ਜੀ ਬੱਗਾ ਜੀ ਅਤੇ ਸਰਦਾਰ ਦਲਜੀਤ ਸਿੰਘ ਜੀ ਸੈਣੀ ਜਨਰਲ ਸਕੱਤਰ ਗੁਰਦੁਆਰਾ ਭਗਤ ਰਵਿਦਾਸ ਦੇ। ਸਾਨੂੰ ਬੜੀ ਖੁਸ਼ੀ ਹੈ ਕਿ ਇੰਨੇ ਪੜ੍ਹੇ ਲਿਖੇ ਸੂਝਵਾਨ ਲੋਕ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਹਨ। ਕੈਮਰਾਮੈਨ ਯਸ਼ਪ੍ਰੀਤ ਸਿੰਘ ਦੇ ਨਾਲ ਸ਼ਮਿੰਦਰ ਸਿੰਘ, ਬੁਲੰਦ ਟੀ ਵੀ ਖਰੜ।